ਪੰਜਾਬ ਵਿੱਚ ਰੋਜ਼ ਨਵੀਂ ਤੋਂ ਨਵੀਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਲੋਕਾਂ ਵਿੱਚ ਪੁਲਿਸ ਦਾ ਖੌਫ ਹੀ ਨਹੀਂ ਰਿਹਾ। ਉੱਥੇ ਇੱਕ ਨਵੀਂ ਘਟਨਾ ਸਾਹਮਣੇ ਆਈ। ਇੱਕ ਚੋਰ ਵੱਲੋਂ ਜਦੋਂ ਇੱਕ ਕਾਰੋਬਾਰ ਕਰਨ ਵਾਲਾ ਵਿਅਕਤੀ ਆਪਣੇ ਕਾਰੋਬਾਰ ਲਈ 5 ਲੱਖ ਰੁਪਏ ਕਢਵਾ ਕੇ ਬੈਂਕ ਤੋਂ ਆਇਆ ਤਾਂ ਜਿਵੇਂ ਹੀ ਉਹ ਕਿਸੇ ਕੰਮ ਲਈ ਜਾਂਦਾ ਹੈ ਤਾਂ ਚੋਰ ਵੱਲੋਂ ਉਸ ਤੇ ਪਹਿਲਾਂ ਹੀ ਨਿਗਾਹ ਰੱਖੀ ਹੁੰਦੀ ਹੈ। ਵਿਅਕਤੀ ਦੇ ਅੰਦਰ ਜਾਣ ਤੇ ਸਕੂਟੀ ਵਿੱਚੋਂ ਪੂਰੀ ਤਸੱਲੀ ਨਾਲ ਪੈਸੇ ਕੱਢੇ ਅਤੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੈ ਤੇ ਪੁਲਿਸ ਇਸ ਘਟਨਾ ਬਾਰੇ ਅੱਗੇ ਦੀ ਕਾਰਵਾਈ ਕਰ ਰਹੀ ਹੈ। ਬੇਟਾ ਸੀਗਾ ਜੀ ਮੇਰੇ ਕੋਲ ਆਪਣਾ ਤਕਰੀਬਨ 3:15 ਇੱਥੇ ਆਇਆ ਸੀਗਾ। ਮੈਂ ਉਹਨੂੰ ਕੋਈ ਕੰਮ ਭੇਜਿਆ ਆਇਆ ਸੀਗਾ, ਸਾਡੇ ਜੁੱਤੀਆਂ ਦੇ ਰਿਲੇਟਿਡ ਕੰਮ ਸੀਗਾ, ਉਹਨੇ ਕਰਨਾ ਸੀਗਾ, ਮਗਰ ਰਾਹੁਲ ਉਹ ਕਰਕੇ ਨਹੀਂ ਆਇਆ। ਤੂੰ ਬਾਰੋ ਬਾਰ ਭੇਜਤਾ, ਮੈਨੂੰ ਨਹੀਂ ਪਤਾ ਉਹਦੇ ਪੇਮੈਂਟ ਹੈਗੀ। ਉਹ ਕਹਿੰਦਾ ਚਲੋ ਮੈਂ ਹੁਣੀ ਜਾ ਜਾਂਦਾ। ਆਹ ਪਾਰਕਾਂ ਦੇ ਸਾਹਮਣੇ ਜਿਹੜੀ ਗਲੀ ਹੈਗੀ ਉੱਥੇ ਉਹਨੂੰ ਸਕੂਟਰ ਖੜਾਇਆ ਤੇ ਗਲੀ ਦੇ ਅੰਦਰ ਚਲਾ ਗਿਆ ਸੀਗਾ। ਵਾਪਸ ਆ ਕੇ ਉਹਦੇ ਵੀਡੀਓ 'ਚ ਫਿਰ ਦੇਖਿਆ ਸੀ ਸਾਰਾ ਕੁਛ, ਉੱਥੇ 'ਚ ਸਾਨੂੰ ਪਤਾ ਲੱਗਿਆ ਸੀਗਾ ਵੀ ਬੰਦਾ ਉਹ ਪੇਮੈਂਟ ਕੱਢ ਰਿਹਾ। ਲੋਕ ਖੋਲ ਕੇ ਬੜੇ ਆਰਾਮ ਨਾਲ ਤਸੱਲੀ ਨਾਲ ਪੈਸੇ ਕੱਢ ਕੇ ਦਿਖਾਇਆ ਗਿਆ ਉਸ 'ਚ। ਉਹ ਤਾਂ ਦੇਖੋ ਹੁਣ ਪੁਲਿਸ ਵਾਲੇ ਨਾਲ ਗਏ ਆ, ਏਰੀਏ ਵਾਈਜ਼ ਨਾ ਕੈਮਰੇ ਕੰਟਰੋਲ ਕੇ ਦੇਖ ਰਹੇ ਆ ਉਹਦੇ 'ਚ। ਸਾਡੇ ਕੋਲ 2-3 ਤਰ੍ਹਾਂ ਦੀ ਵੀਡੀਓ ਜਿਹੜੀ ਹੈਗੀ ਆਈ ਹੈ, ਉਹ 'ਚ ਦਿਖਿਆ ਹੈ। ਬਾਈਕ 'ਤੇ ਹੈਗੇ 2 ਬੰਦੇ, ਉਸ ਤੋਂ ਬਾਅਦ ਮੇਨ ਜਿਹੜੀ ਵੀਡੀਓ ਉੱਥੇ ਦੀ ਹੈਗੀ ਉਹ ਸਾਹਮਣੇ ਹੈਗੀ ਹੈ ਸਾਡੇ ਫਿਲਹਾਲ। ਘਰ ਦੇ ਬਾਹਰ ਦੀ ਕੋਈ ਨਹੀਂ ਹੈਗੀ। ਕੱਲ੍ਹ ਜੀ ਅੱਜ ਮੇਰਾ ਵੱਡੇ ਭਰਾ ਦਾ ਪੋਤਾ ਜਿਹੜਾ ਉਹ ਬੈਂਕ ਗਿਆ ਸੀ, ਛੋਟੀ ਬਾਰਾਂ ਦੇ PNB ਬੈਂਕ, ਉਹਦਾ ਨਾਮ ਰਾਹੁਲ ਹੈ। ਉਹਨੂੰ ਕਿਸੇ ਨੂੰ ਪੇਮੈਂਟ ਦੇਣੀ ਸੀ, ਉੱਥੋਂ 5 ਲੱਖ ਰੁਪਇਆ ਕੈਸ਼ ਕਢਾ ਕੇ ਲਿਆ। ਕੈਸ਼ ਕਢਾ ਕੇ ਉਹ ਡਿੱਗੀ 'ਚ ਉਹਨੇ ਸਾਰਾ ਥੈਲਾ ਰੱਖ ਲਿਆ। ਰੱਖਣ ਤੋਂ ਬਾਅਦ ਉਹ ਜਦੋਂ ਇੱਥੇ ਆਇਆ ਤਾਂ ਮੇਰੇ ਭਤੀਜੇ ਸਾਹਮਣੇ ਦੁਕਾਨ ਹੈ, ਉੱਥੇ ਵੇਟ ਕਰ ਰਿਹਾ। ਜਿਹਨੂੰ ਪੇਮੈਂਟ ਦੇਣੀ ਸੀ ਨਾ, ਉਹਨੂੰ ਫੋਨ ਮਾਰਿਆ ਕਿ ਵੀ ਤੂੰ ਇੱਥੇ ਆ ਕੇ ਮੇਰੇ ਤੋਂ ਪੇਮੈਂਟ ਲੈ ਜਾ, ਅਤੇ ਉਹ ਸਾਹਮਣੇ ਦੁਕਾਨ 'ਤੇ ਵੇਟ ਕਰਦਾ। ਆਹ ਇੱਥੇ ਇਸ ਤੋਫਾਨਾ ਮੋੜ 'ਤੇ ਇੱਥੇ ਵੇਟ ਕਰਦਾ ਰਿਹਾ। ਅਸੀਂ ਸਾਹਮਣੇ ਬੈਠੇ ਸੀ ਮੁਹੱਲੇ 'ਚ, ਉਹ ਵੇਟ ਕਰਦਾ ਰਿਹਾ, ਉਹ ਆਇਆ ਨਹੀਂ। ਫਿਰ ਮੁੜ ਕੇ ਉਹ ਇੱਥੇ ਆਪਣੇ ਘਰ ਆ ਗਿਆ, ਇਹ ਉਹਦਾ ਘਰ ਹੈਗਾ। ਰਾਜੂ ਮੇਰਾ ਭਤੀਜਾ, ਇਹਨੇ ਕਹਿਤਾ ਵੀ ਤੈਨੂੰ ਮੈਂ ਕਿਹਾ ਸੀ, ਉਹ ਕੰਮ ਕਿਹਾ ਸੀ, ਤੂੰ ਗਿਆ ਨਹੀਂ, ਜਿਹੜੀ ਗੋਟਾਂ ਗੁੱਟਾਂ ਲਿਆਉਣੀਆਂ ਤੂੰ ਲੈ ਕੇ ਨਹੀਂ ਆਇਆ। ਉਹ ਨਾਲ ਦੀ ਨਾਲ ਇੱਥੋਂ ਚੱਕ ਕੇ ਔਰ ਬੋਤਲਾਂ ਦੀ ਗਲੀ ਸਾਹਮਣੇ ਸਕੂਟਰ ਖੜਾ ਕਰਕੇ ਅੰਦਰ ਗਲੀ 'ਚ ਗਿਆ ਹੀ ਹੈ। ਪਿੱਛੋਂ ਦੀ ਇੱਕ ਬੰਦਾ ਆਇਆ, ਪਤਾ ਨਹੀਂ ਕਿਹੜਾ ਬੰਦਾ, ਇੱਕ ਅਣਪਛਾਤਾ ਬੰਦਾ ਸੀਗਾ। ਉਹਨੇ ਮਾਸਟਰ ਚਾਬੀ ਨਾਲ ਐਕਟੀਵਾ ਦੀ ਚਾਬੀ ਕੋ ਲੋਕ ਤੋੜ ਕੇ ਉਹ ਸਾਰਾ ਪੈਕਟ ਉੱਪਰ 5 ਲੱਖ ਦਾ ਪੈਕਟ ਚੱਕ ਕੇ ਫਰਾਰ। ਇਹ CCTV 'ਚ ਆਇਆ, ਦਰਸ਼ਨ ਇਲੈਕਟ੍ਰਿਕ ਸਟੋਰ ਹੈ, ਉਹਦਾ ਕੈਮਰਾ ਲੱਗਿਆ, ਉਹਦੀ ਕੈਮਰੇ 'ਚ ਆ ਗਿਆ ਹੈ। ਔਰ ਅਸੀਂ ਉਸੇ ਵੇਲੇ 10 ਮਿੰਟ ਦੇ ਅੰਦਰ ਅੰਦਰ ਕਟਵਾਲੀ ਜਾ ਕੇ ਮੈਂ ਆਪ ਔਰ ਰਾਹੁਲ ਦੇ ਨਾਲ ਜਾ ਕੇ ਮੈਂ ਕੰਪਲੀਟ ਕਰ। ਇਹ ਲੱਗਦਾ ਤਾਂ ਇਹੀ ਹੈ ਵੀ ਉਹ ਪੇਸ਼ੇਵਰ ਚੋਰ ਹੈ ਔਰ ਉਹ ਮੈਨੂੰ ਲੱਗਦਾ ਬੈਂਕ ਤੋਂ ਹੀ ਨਾਲ ਆਇਆ। ਉਹ ਇੱਥੇ ਜੁੱਤੀਆਂ ਦਾ ਕੰਮ ਕਰਦਾ, ਸਿਲਾਈ ਮਸ਼ੀਨ, ਕਢਾਈ ਦਾ ਮਸ਼ੀਨ ਕਰਦਾ ਕੰਮ, ਔਰ ਬਾਹਰ ਐਗਜੀਬਿਸ਼ਨ ਜੁੱਤੀਆਂ ਦੀ ਲੱਗਦਾ। ਉਹ ਪੇਮੈਂਟ ਕਿਸਦੇ ਚੈੱਕ 'ਚ ਰਾਹੀਂ ਕਿਸੇ ਦੀ ਅਕਾਊਂਟ 'ਚ ਆਇਆ, ਉਹ ਚੈੱਕ ਰਾਹੀਂ ਉਹ PNB 'ਚੋਂ ਪੇਮੈਂਟ ਲੈ ਕੇ ਆਇਆ। ਔਰ ਮਸਾਂ 3:25 ਤੇ ਕੋਈ 5 ਮਿੰਟ ਦੇ ਅੰਦਰ ਸਾਰਾ ਕਾਂਡ ਹੋ ਗਿਆ।